ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਜਨਾਲੇ ਨੂੰ ਜਿਹੜੇ ਚਾਲੇ ਪਾਏ ਆ, ਸਾਡੇ ਤੇ ਇੱਕ ਨਜਾਇਜ਼ ਪਰਚਾ 6 ਬੰਦਿਆਂ ਦੇ ਜਥੇਬੰਦੀ ਤੇ 20 ਅਣਪਛਾਤੇ ਸਿੰਘਾਂ ਦੇ ਪਰਚਾ ਕੀਤਾ, ਔਰ ਇੱਕ ਸਿੰਘ ਸਾਡਾ ਜਿਹੜਾ ਤੂਫਾਨ ਸਿੰਘ ਹੈ ਲਵਪ੍ਰੀਤ ਸਿੰਘ ਤੂਫਾਨ, ਉਹਨੂੰ ਚੁੱਕ ਕੇ ਘਰੋਂ ਤੇ ਉਹਦੇ ਤੇ ਅੰਨਾ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ। ਉਹਦੇ ਸੰਬੰਧ 'ਚ ਅਜਨਾਲੇ ਜਾਣ ਦੀ ਅਸੀਂ ਕਾਲ ਦਿੱਤੀ ਸੀ ਵੀ ਸ਼ਾਂਤਮਈ ਤਰੀਕੇ ਨਾਲ ਅਜਨਾਲੇ ਮਹਾਰਾਜ ਦੀ ਹਜ਼ੂਰੀ ਜਾਵਾਂਗੇ, ਪਰ ਪੁਲਿਸ ਨੇ ਜਿਹੜਾ ਵਾ ਥਾਵਾਂ ਥਾਵਾਂ 'ਤੇ ਨਾਕੇ ਲਾ ਕੇ ਸੰਗਤ ਨੂੰ ਰੋਕਿਆ ਹੋਇਆ। ਪੂਰੇ ਪੰਜਾਬ ਦੇ ਵਿੱਚ ਹਰੀਕੇ ਹੈੱਡ ਵੀ ਜਾਮ ਕੀਤਾ ਗਿਆ ਪੁਲਿਸ ਵੱਲੋਂ, ਢਿਲਵਾਂ ਵਾਲੇ ਟੋਲ ਟੈਕਸ ਦੇ ਉੱਤੇ ਜਲੰਧਰ ਤੱਕ ਜਾਮ ਲੱਗਾ। ਸੋ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜਿਹੜੀ ਦੁਵਿਧਾ ਸੰਗਤਾਂ ਨੂੰ ਪੈ ਰਹੀ ਹੈ ਉਹਦੀ ਵਜ੍ਹਾ ਪੁਲਿਸ ਹੈ, ਕਿਉਂਕਿ ਪੁਲਿਸ ਸ਼ਾਂਤਮਈ ਤਰੀਕੇ ਦੇ ਨਾਲ ਸਿੰਘਾਂ ਨੂੰ ਅਜਨਾਲੇ ਪਹੁੰਚਣ ਨਹੀਂ ਦੇਣਾ ਚਾਹੁੰਦੀ। ਇੱਥੋਂ ਤੱਕ ਵੀ ਅਜਨਾਲਾ ਵੀ ਜਿਹੜਾ ਹੈ ਉਸ ਨੂੰ ਵੀ ਸੀਲ ਕੀਤਾ ਗਿਆ, ਚਾਰੇ ਪਾਸਿਆਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਲੋਕ ਉੱਥੇ ਪਹੁੰਚੇ ਨੇ ਗੱਡੀਆਂ ਕਾਰਾਂ ਲੈ ਕੇ। ਸੋ ਇਹ ਜਿਹੜੀ ਸਿੱਖਾਂ ਦੇ ਖਿਲਾਫ ਬੇਇਨਸਾਫੀ ਹੋ ਰਹੀ ਹੈ, ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਸਾਰੇ ਵੱਧ ਚੜ੍ਹ ਕੇ ਉੱਥੇ ਪਹੁੰਚੋ ਅਜਨਾਲੇ, ਤਾਂ ਜੋ ਆਪਾਂ ਆਪਣੇ ਸਿੰਘ ਦੀ ਰਿਹਾਈ ਕਰਾ ਸਕੀਏ ਅਤੇ ਹੋਰ ਵੀ ਜਿਹੜੇ ਕੌਮੀ ਮਸਲੇ ਆ ਉਹਨਾਂ 'ਤੇ ਗੱਲਬਾਤ ਹੋ ਸਕੇ। ਜਿਹੜੀ ਵੀ ਤੰਗੀ ਸੰਗਤ ਨੂੰ ਆ ਰਹੀ ਹੈ ਉਹਦਾ ਦੋਸ਼ੀ ਪ੍ਰਸ਼ਾਸਨ ਹੈ, ਕਿਉਂਕਿ ਇਹਨਾਂ ਨੇ ਥਾਵਾਂ ਥਾਵਾਂ ਦੇ ਉੱਤੇ ਏਡੀ ਵੱਡੀ ਪੁਲਿਸ ਨਫਰੀ ਲਾਈ ਹੈ ਵੀ 700-800 ਬੰਦਾ ਬਿਆਸ ਪੁਲ ਦੇ ਉੱਤੇ ਖੜ੍ਹਾ ਹੈ ਪੁਲਿਸ ਦਾ, ਜਿਹੜਾ ਸੰਗਤ ਨੂੰ ਜਾਣ ਨਹੀਂ ਦੇ ਰਿਹਾ। ਉਹਨਾਂ 'ਚ ਕੁਝ ਸੰਗਤ ਦਰਬਾਰ ਸਾਹਿਬ ਦਰਸ਼ਨ ਕਰਨ ਵਾਲੀ ਹੈ ਅਤੇ ਬਹੁਤ ਸੰਗਤ ਹੈ ਸੈਂਕੜਿਆਂ ਦੀ ਗਿਣਤੀ 'ਚ ਜਿਹੜੀ ਅਜਨਾਲੇ ਪਹੁੰਚਣਾ ਚਾਹੁੰਦੀ ਹੈ। ਸੋ ਸਰਕਾਰਾਂ ਇਸ ਗੱਲੋਂ ਡਰੀਆਂ ਨੇ, ਉਹਨਾਂ ਨੂੰ ਐਂ ਲੱਗਦਾ ਵੀ ਇੱਦਾਂ ਅਸੀਂ ਦਿਖਾਵਾਂਗੇ ਵੀ ਜੀ ਦੇਖੋ ਉੱਥੇ ਬੰਦੇ ਨਹੀਂ ਪਹੁੰਚ ਸਕੇ, ਪਰ ਅਜਨਾਲਾ ਤੁਸੀਂ ਪੂਰਾ ਸੀਲ ਕੀਤਾ ਹੋਇਆ। ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।